ਸਤਿ ਸ਼੍ਰੀ ਅਕਾਲ ਜੀ ਬਾਈ, ਤੁਹਾਨੂੰ ਸਾਰਿਆਂ ਨੂੰ ਅਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ 'ਚ। ਅਤੇ ਬਾਕੀ ਅੱਜ ਆਪਣਾ ਭਾਈ ਅੱਜ ਨਿਬੜਨਾ ਕੰਮ ਕੱਦੂ ਵਾਲਾ, ਅਤੇ ਜੀਰੀ ਲਵਾਈ ਅੱਜ ਨਿਬੜਨਾ ਬਾਈ, ਅਤੇ ਨਿਬੜ ਆਪਣਾ 10-11 ਤਰੀਕ ਨੂੰ ਨਿਬੜ ਜਾਣਾ ਤਾ, ਅਤੇ 2-3 ਦਿਨ ਲੇਟ ਹੋ ਗਏ ਬਾਈ, ਅਤੇ ਫਲਟ ਪੈ ਗਿਆ ਤਾ ਲਾਈਟ ਦਾ, 2-3 ਦਿਨ ਆਈ ਨਹੀਂ, 2 ਦਿਨ ਲਾਈਟ ਆ। ਅਤੇ ਬਾਕੀ ਅੱਜ ਚੱਲ ਰਹੀ ਆ ਸਵੇਰ ਦੀ, ਤੜਕੇ ਦੀ ਚੱਲ ਰਹੀ ਹੈ 1 ਵਜੇ ਦੀ। ਅਤੇ ਆਪਣੀ ਹੋ ਗਈ ਮੋਟਰ ਖਰਾਬ ਬਾਈ, ਅਤੇ ਰਿਲੇਅ ਹੋ ਗਈ, ਬਾਕੀ ਦਿਖਾਉਣੀ ਚੈੱਕ ਕਰਾਉਂਦੇ ਹਾਂ ਬਾਈ ਨੂੰ, ਅਤੇ ਰਿਲੇਅ ਪਾਉਣੀ ਪੈਣੀ ਆ, ਅਤੇ ਡੈਡੀ ਪਹੁੰਚਿਆ, ਡੈਡੀ ਨਾਲ ਮਿਲਾਉਂਦੇ ਹਾਂ। ਕੱਦੂ ਰਹਿ ਗਿਆ ਬਾਈ 1 ਖੇਤ ਦਾ, ਬਾਕੀ ਨਿਬੜ ਗਿਆ ਆਪਣਾ ਕੰਮ ਹੀ, ਦਿਖਾਉਂਦੇ ਹਾਂ ਬਾਈ। ਲਓ ਜੀ ਟਰੈਕਟਰ ਖੜ੍ਹਾ ਆ, ਉਹ ਖੇਤ ਰਹਿ ਗਿਆ ਆਪਣਾ, ਉੱਧਰ ਹੋ ਗਿਆ ਬੈਠਾ ਡੈਡੀ ਇੱਧਰ। ਬੈਠਾ ਕਹਿੰਦੇ ਠੀਕ ਤਾਂ ਮੈਂ ਭਰ ਜਾਵੇ, ਇਹ ਰਾਤ ਦੀ ਟ੍ਰਿਪੇ ਕਰੀ ਜਾਂਦੀ ਆ, ਉਹ ਕਹਿੰਦਾ ਰਿਲੇ ਗਰਮ ਹੋਈ ਵੀ ਹੈ, ਮੈਂ ਨਵੀਂ ਪਾ ਦੇ, ਕਹਿੰਦਾ ਵਧਾ ਕੇ ਦੇਖ ਲਾ, ਵਧਾ ਵੀ ਲਈ 28 ਫਿਰ ਕਰੀ ਵੀ ਆ, ਫਿਰ ਵੀ ਟ੍ਰਿਪ ਕਰੀ ਦਿਓ, ਬਾਕੀ ਉਹਨੂੰ ਕਿਹਾ ਮੈਂ ਨਵੀਂ ਪਾ, ਕਹਿੰਦਾ ਬਹੁਤਾਂ 'ਚ ਪੂਰੀ ਆ, ਕਹਿੰਦਾ ਕੋਈ ਸਮਝ ਨਹੀਂ ਆਉਂਦੀ, ਮੈਂ ਫਿਰ ਰਿਲੇ 'ਚ ਤੂੰ ਕਹਿੰਦਾ ਗਰਮ ਹੋ, ਉਹਦਾ ਹੀ ਫਰਕ ਆ, ਉਦੋਂ ਹੀ ਹੋਊਗਾ, ਵਧਾਏ ਤੇ ਚੱਲਦੀ ਆ, ਵਧਾਏ ਤੇ ਚੱਲਦੀ ਆ, ਹੁਣ 30 ਪਰ ਕਰਦੇ 28 ਪਰ, ਦੋ ਹੋਰ ਵਧਾ ਦੇ, ਹੁਣ ਚੱਲਦੀ ਨਹੀਂ 28 ਪਰ, ਚੱਲਦੀ ਤਾਂ ਹੈਗੀ ਆ ਜਿਹਨੇ ਟ੍ਰਿਪ ਤਾਂ ਕਰ ਗਈ, ਅੱਧੇ ਘੰਟੇ ਬਾਅਦ ਕਰਿਆ, ਹੁਣ ਨਵੀਂ ਪਾ ਇਹਦਾ ਕੌਣ ਰਾਖੀ ਰੱਖੂਗਾ, ਕੋਈ ਨੀ ਕੋਈ ਰੱਖ, ਬਾਕੀ ਰਿਲੇ ਦੇ ਸਿਰ ਭਰੇ ਕੰਮ ਇਹਦਾ, ਜਿਆਦਾ ਵਧਾ ਤੀ ਮੋਟਰ ਸਾੜਨ ਦਾ ਖਤਰਾ, ਬਾਕੀ ਇਹਦਾ ਕੱਦੂ ਹੋ ਜਾਵੇ ਮੈਂ ਤਾਂ ਹੀ ਚਲਾ ਤੀ, ਫੇਰ ਭਰਨ ਦੇ ਹੋ ਜਾਵੇ, ਬਈਏ ਵੀ ਕਹੀ ਜਾਂਦੇ ਕੱਦੂ, ਨਾਲੇ ਪਨੀਰੀ ਹੋ ਗਏ 3-4 ਦਿਨ ਪਈ ਨੂੰ, ਪੱਟੀ ਨੂੰ ਹੋਰ ਪਨੀਰੀ ਸੁੱਕ ਜਾਣੀ ਹੈ, 3-4 ਦਿਨ ਹੋ ਗਏ ਉਹ ਪੀਲੀ ਹੋ ਗਈ ਪਈ ਪਈ, ਬਾਕੀ ਪਾਸ਼ਾ ਵੀ ਆਇਆ ਤਾ ਭੈਣੀ ਵਾਲਾ, ਕਹਿੰਦਾ ਪਨੀਰੀ, ਮੈਂ ਪਨੀਰੀ ਦਾ ਸਰ ਗਿਆ, ਮੈਂ ਤੂੰ ਆਪਣੇ ਦੁਆੜ ਦੇ ਪੈਸੇ ਲਈ ਆ ਉਹਦੇ ਦੇ ਦਿੱਤੇ, ਥੋੜੀ ਘੱਟ ਗਈ ਜੀ ਬਾਈ, ਅੱਧੇ ਕਿੱਲੇ ਦੀ ਉਹ ਪੱਟ ਕੇ ਲਾਈ ਕਿਸੇ ਤੇ, 26 ਘੱਟ ਗਈ ਸੀ, ਉਹ ਆਏ ਆ ਨਾ ਦੂਆ ਖੇਤ ਹੇਠਾਂ ਵਾਲੇ, 26 ਲੱਗੇ ਤੇ ਫਿਰ ਪੱਕ ਜਾਣੇ, ਤੇ ਉਹ ਰਸਤੇ ਨਾਲ 26 ਫਿਰ ਜੇ ਹੋਰ ਬੀਜ ਲਾ ਦਿੰਦੇ ਉਹਨੇ ਮਿਲਣਾ, ਫਿਰ ਕੰਬਾਈਨ ਵੀ ਕਿੱਥੇ ਨੂੰ ਬਣਨੀ, ਫਿਰ ਕੰਬਾਈਨ ਤਾਂ ਬਣਨੀ ਹੈ, ਤਾਂ ਕਰਕੇ ਫਿਰ ਉਹ 26 ਉਹ ਲਾਈ ਆਪਾਂ ਨੇ, ਹੋਰ ਤਾਂ ਖੜੀ ਸੀ ਆਪਣੇ ਕੋਲ, ਹਾਂ 26 ਫਿਰ ਹੋਰ ਤੇ ਲਈ ਅੱਧੇ ਕਿੱਲੇ, 26 ਉਹ ਵੀ ਪੱਟ ਲੈ ਗਿਆ ਕਹਿੰਦਾ ਜਿਹੜਾ ਕਹਿੰਦਾ, ਹਾਂ ਫਿਰ ਵੀ ਵੱਜ ਗਈ, ਕਹਿੰਦਾ ਫਿਰ ਵੀ ਤੇਰੀ ਚੱਕ ਪੂਰੀ ਆ, ਕਹਿੰਦਾ 1.25 ਕਿੱਲੇ ਦੀ ਉਹ, ਮੈਂ ਤੈਨੂੰ ਦੱਸਿਆ ਨੀ ਵੀ ਉਹ ਤਾਂ 2 ਕਿੱਲੇ ਫਿਰ ਬੰਦ ਹੋ ਗਈ, ਹੋ ਗਈ ਬੰਦ, ਫਿਰ ਚਲਾ ਦਿੰਦੇ, ਚਲਾ ਦੋ, ਆਹੀ ਕੰਮ ਰਹਿ ਗਿਆ ਕੱਦੂ ਦਾ ਬਾਈ, ਅੱਜ ਸਾਡਾ ਅੱਜ ਕੰਮ ਫਾਈਨਲ ਹੋਣਾ, ਅੱਜ ਮਹੀਨੇ 'ਚ ਕੱਦੂ ਦਾ ਨਮੋਕਣਾ, ਹੁਣ ਘੀਆ ਚੱਲੂਗੀ, ਨਹੀਂ ਮਹੀਨੇ 20 ਦਿਨ ਹੋ ਗਏ, ਕੱਦੂ 20-22 ਦਿਨ ਉਹ ਫਿਰ ਕੱਦੂ ਮੈਂ ਅੱਜ ਮੋਕਣਾ, ਘੀਆ ਦਾ ਕੰਮ ਚੱਲੂਗਾ, ਘੀਆ ਚੱਲੂ, ਹਾਂ ਯੂਰੀਆ ਜਿੰਕ ਕੈਰਨ ਘੀਆ ਚੱਲੂ, ਅੱਜ ਨਿਬੜਨਾ ਕੰਮ, ਨਿਬੜ ਕਈ 2-3 ਦਿਨ ਪਹਿਲਾਂ ਨਿਬੜ ਜਾਣਾ, ਪਨੀਰੀ ਪੱਟੇ ਨੂੰ ਹੋ ਗਏ ਬਾਈ 2-3 ਦਿਨ, ਲਾਈਟ ਨਹੀਂ ਆਈ, ਫਿਰ ਲਾਈਟ ਨਹੀਂ ਆਈ, ਲਾਈਟ ਨੇ ਤੰਗ ਕਰ ਲਏ, ਫਲਟ ਤਾਂ ਸਾਡੇ ਪਿਆ ਹੋਇਆ ਬਾਈ, ਉੱਧਰ ਸੈਲਰ ਬਣਦਾ, ਇੱਧਰ ਉੱਧਰ ਕਹਿੰਦਾ ਚੌਂਤੇ, ਕਹਿੰਦਾ ਧਾਨ ਸੁੱਕਦੇ, ਸੁੱਕੇ ਗਏ ਸਭ ਦੇ, ਸੁੱਕ ਗਏ, 2 ਦਿਨ ਲਾਈਟ ਨਹੀਂ ਆਈ, ਸਭ ਦੇ ਸੁੱਕਦੇ, ਮੀਂਹ ਪਿਆ ਨੀ, ਮਟ ਚੱਕ ਕੇ ਫੇਰ ਉਹ ਕਰਨ,
ਫਿਰ ਆਉਣ ਕਰੇ ਫਿਰ ਚੱਲ ਪਾਣੀ ਵਧਾ ਦੋ ਮਾੜਾ ਜਿਹਾ। ਰਹਿਣੇ ਦੇ ਆਟੋਮੈਟਿਕ ਚੱਕੇ ਦੇ ਜੇ ਖਬਰੇ ਆਏ ਚੱਲੀ ਜਾਏ ਚੱਲੀ ਨੀ ਪਹਿਲਾਂ ਚੱਲੀ ਨੀ ਨਹਿਰਾਂ ਭਰੀਆਂ ਹੁਣ ਤਾਂ ਕੱਲ ਮਿੱਟੀ ਵਾਲਾ ਪਾਣੀ ਚੱਲਦਾ ਨਹਿਰ ਚ ਪੂਰਾ ਬੂਟੀ ਆਉਂਦੀ ਸੀ ਬੂਟੀ ਹੜੀ ਬੂਟੀ ਨੀ ਮਿੱਟੀ ਵਾਲਾ ਪਾਣੀ ਮਿੱਟੀ ਵਾਲਾ ਬੂਟੀ ਆਉਂਦੀ ਆ ਫਿਰ ਉੱਪਰ ਹੜ ਆਉਂਦਾ ਬੂਟੀ ਹੜ ਹੜ ਬਾਕੀ ਤਾਂ ਹੁਣ ਇੰਨੀ ਦਿਨ ਪਰ ਹੜੇ ਪਿਛਲੇ ਸਾਲ ਹੜੇ ਹੜ ਕਰੇ ਹੋਏ ਤੇ ਹੋਰ 9-10 ਤਰੀਕ ਨੂੰ ਆ ਗਿਆ ਤਾਂ ਪਾਣੀ ਬਹੁਤ ਸਾਰੇ ਪੰਜਾਬ ਚ ਪਾਣੀ ਪਾਣੀ ਫਿਰਦਾ ਬਹੁਤ ਪਾਣੀ ਆਇਆ ਓਨਾ ਹੀ ਸੋਕਾ ਹੁਣ ਓਨਾ ਹੀ ਸੋਕਾ ਕਰਤਾ ਪਿਛਲੇ ਸਾਲ ਆ ਤੇ ਨਾ ਡੋਬਾ ਦਾ ਐਕ ਦੀ ਸੋਕਾ ਚੱਲ ਰਿਹਾ ਓਹੀ ਆ ਵੀ ਕਹੀ ਗਏ ਵੀ ਮੌਸਮ ਐਤਕੀ ਜ਼ਿਆਦਾ ਬਾਰਿਸ਼ ਲਾਟਰ ਜਾਰੀ ਕਰਤਾ ਜੀ ਫਲਾਣਾ ਕਰਤਾ ਜੀ ਵੀ ਕੋਈ ਹੁਣ ਸੁੱਕਾ ਪਏ ਆ ਸੁੱਕਾ ਪਿਆ ਧੁੱਪ ਪੈਂਦੀ ਆ ਕਹਿਰ ਦੀ ਸੋਕਾ ਲੱਗ ਗਿਆ ਫਿਰ ਕਿੱਥੇ ਤਾਪ ਆਉਂਦੀ ਬਾਕੀ ਇਹ ਫਾਇਦਾ ਹੈਗਾ ਸਾਡੇ ਬਾਈ ਜੀਰੀ ਸੁੱਕ ਜਾਵੇ ਕੋਈ ਚੱਕਰ ਨੀ ਤੇੜ ਤੂੜ ਨੀ ਤੇੜ ਨੀ ਫੜਦੀ ਹੈਗੀ ਸਾਡੇ ਤੇੜ ਫਾਇਦਾ ਮੰਡ ਵਿੱਚ ਤੇੜ ਫੜਦੀ ਮੰਡ ਚ ਪੈ ਜਾਂਦੀ ਜਿੱਥੇ ਪਣਾ ਪਿਆ ਵਾ ਉੱਥੇ ਤੇੜ ਫੜਦੀ ਹੈ ਉੱਥੇ ਤੇੜ ਫੜ ਜਾਂਦੀ ਬਾਕੀ ਤਾਂ ਨਹੀਂ ਤਾਂ ਫਿਰ ਜਨਰੇਟਰ ਲਾਉਣੇ ਪੈਂਦੇ ਜੇ ਤੇੜ ਫੜ ਗਈ ਪਾਣੀ ਨੀ ਕੱਢਦਾ ਫਿਰ ਨੀ ਕੱਢਦਾ ਢਾਹੇ ਵਿੱਚ ਇਹੀ ਕੰਮ ਆ ਗਿਆ ਬਾਈ ਆ ਗਿਆ ਬਾਈ ਦੇਖ ਬਾਈ ਕਿਆ ਚੱਕਰ ਆ ਫਿਰ ਵਧਾਈ ਅਸੀਂ ਹੁਣ ਕੀ ਪਰ ਕਰੀ ਹੁਣ ਆ ਹੁਣੀ ਜਹਾਜ਼ ਚਲਾਈਓ ਆ 2 ਮਿੰਟ ਹੋਏ ਆ ਤੇ ਆਟੋਮੈਟਿਕਲੀ ਚਲਾਉਂਦਾ ਦੂਏ ਤਰ੍ਹਾਂ ਬਟਣਾ ਜਿਹਾ ਨੂੰ ਦੱਬ ਕੇ ਫਿਰ ਚਲਾਉਣ ਚੱਲਦੀ ਹੈ ਇਹ ਸਾਰਾ ਚੱਕਰ ਪਤਾ ਨਹੀਂ ਕਿਹਾ ਪਰਲੇ ਗਰਮ ਹੋ ਗਈ ਪਰ ਰੇ ਸਾਲੀ ਪਾ ਪਰਲੇ ਪਾ ਇਹਦੇ ਬਿਨਾ ਕੰਮ ਔਖਾ ਹੁਣ ਤਾਂ ਕੋਲ ਬੈਠੇ ਆ ਜੇ ਉਧਰ ਅੰਦਰ ਹੋਵੇ ਫਿਰ ਔਖਾ ਲਾਈਟ ਵੀ ਉਥੇਰੀ ਹੈ ਨਾ ਮੈਂ
ਕਿਹੜੀ ਆ ਕੰਪਨੀ ਕੁੰਪਨੀ ਕੋਈ ਅਸਲ ਕਰਾਂਟੀ ਮੋਟਰ ਦਾ ਅਸਲ ਕਰਾਂਟਾ ਕਿੰਨੇ ਚਾਹੀਦੇ ਆ ਇੰਨੇ ਚਾਹੀਦੇ ਆ ਸੈਂਟਰ ਕੁਆਟਰ ਨੇ ਇੰਨਾ ਫਰਕ ਪਾਇਆ ਇਹ ਮੋਟਰ ਦੇ ਅੰਬੇਅਰ ਨੀ ਘਟੇ ਇਹ ਟ੍ਰਾਂਸਫਾਰਮ ਦੇ ਅੰਬੇਅਰ ਘਟੇ ਆ ਸਟਾਰਟਰ ਘੱਟ ਵੱਧ ਹੁੰਦੇ ਘੱਟ ਵੱਧ ਹੁੰਦੀ ਤੇਰਾਂ ਟੂ ਇੱਕੀ ਦੀ ਹੁੰਦੀ ਆ ਇਹ ਵੀਹ ਟੂ ਬੱਤੀ ਦੀ ਲਿਆ ਕੈਦ ਕਰ ਲਈ ਹੁਣ ਆਪਾਂ ਨੇ ਵਿੱਚ ਇਹੀ ਦਿਖਾ ਦਿੰਦੇ ਉਹ ਨੰਗਾ ਚੌਂਕ ਪੁਲ ਹੇਠਾਂ ਪੁਲ ਹੇਠਾਂ ਦੁਬਾਰਾ ਖੁੱਲੀ ਹੋਊਗੀ ਬਈ ਦੁਕਾਨ ਚੱਲ ਉਹਨੇ ਪੜ ਕੇ ਕੱਦੂ ਦਾ ਕੰਮ ਨਿਬੜੇ ਚੱਕਰ ਆ ਬਾਕੀ ਆ ਰਹਿ ਗਿਆ ਖੇਤ ਵਧੀਆ ਹੁਣ ਉੱਧਰ ਲਾ ਰਹੇ ਹਾਂ ਪਨੀਰੀ ਵਾਲਾ ਦੋ ਕੁ ਬਿੱਗੇ ਦੋ ਢਾਈ ਬਿੱਗੇ ਉਹ ਪਰਾਂ ਲੱਗੇ ਬੰਦੇ ਲਾਓ ਆ ਰਹਿ ਗਿਆ ਉੱਥੇ ਬਾਅਦ ਕਿੱਡੇ ਕਦਾ ਕੰਮ ਰਹਿੰਦਾ ਤਾ ਆਪਣਾ ਉਹ ਲੱਗੇ ਲਾਉਣ ਆ ਭਰਨੇ ਵਾਲਾ ਬਸ ਜਾਂ ਕੱਦੂ ਕਰ ਦੇਣਾ ਕੱਦੂ ਦਾ ਕੰਮ ਨਿਬੜਦਾ ਹੋਊ ਟਰੈਕਟਰ ਟਰੂਟਰ ਧੁਆਈਏ ਰੂਟਾਵੀਟਰ ਉੱਧਰ ਸੋਕੇ ਚ ਪਾਈ ਆ ਬੜੇ ਜਮਾਂ ਹੀ ਸੁੱਕਾ ਪਿਆ ਬਾਈ ਸਾਰੇ ਖੇਤ ਉਰੇ ਵਾਲੇ ਆਹ ਮੋਟਰ ਵਾਲੇ ਇੱਕ ਲੈਟਰ ਨੇ ਤੰਗ ਕਰੇ ਉੱਧਰ ਦੇ ਕੱਲ੍ਹ ਦੀ ਹੁਣ ਨਹੀਂ ਚੱਲੀ ਕੱਲ੍ਹ ਦਾ ਆਹ ਪੰਗਾ ਪਿਆ ਫਿਰ ਰਾਤ ਦੀ ਚੱਲ ਰਹੀ ਐਂ ਤਾਂ ਲੈਟ ਹੁਣ ਇੱਕ ਵਜੇ ਦੀ ਅਤੇ ਆਹ ਦੇਖੋ ਸੋਕੇ ਪਾਈ
ਇੱਕ ਬਾਈ ਆ ਜਾਨਵਰਾਂ ਨੇ ਬਹੁਤ ਤੰਗ ਕਰੇ ਹੋਏ ਆ, ਜਾਂ ਨੀਲ ਗਊਆਂ ਹੁੰਦੀਆਂ ਨਾ ਆਹ, ਉਰੇ ਬਾਈ ਪਪੂਲਰ ਦਾ ਏਰੀਆ ਹੋ ਗਿਆ ਸਾਰਾ, ਗੰਨਾ ਪਪੂਲਰ ਹੋ ਗਿਆ, ਇੱਥੇ ਹੀ ਰਹੀ ਜਾਂਦੇ ਜਾਨਵਰ। ਆ ਦੇਖੋ ਕਿੱਡੀ ਕਿੱਡੀ ਪੈੜ ਆ, ਦੇਖਣਾ ਨਹੀਂ ਇਹਨਾਂ ਨੇ, ਲਿਫਾਫੇ ਲਾਏ ਵੱਟਾਂ ਵੱਲੋਂ, ਲਿਫਾਫਿਆਂ ਵੱਲੋਂ ਲੰਘੀ ਜਾਂਦੇ, ਲਿਫਾਫੇ ਪਾੜੀ ਜਾਂਦੇ ਆ। ਆਹ ਦੇਖੋ ਵਿੱਚੋਂ ਲੰਘੇ ਕਿੱਡੀ ਕਿੱਡੀ ਪੈੜ ਆ, ਨੀਲ ਗਊਆਂ ਹੁੰਦੀਆਂ ਜਿਹੜੀਆਂ, ਬੈਣਾ ਕਹਿੰਦੇ, ਕਈ ਬੈਣਾ ਕਹਿ ਜਾਂਦੇ ਕਈ ਏਰੀਏ 'ਚ, ਅਤੇ ਨੁਕਸਾਨ ਬਹੁਤ ਕਰ ਰਹੀਆਂ। ਨਿਕਲਦੀਆਂ ਸ਼ਾਮ ਨੂੰ ਆ, ਰਾਤ ਨੂੰ ਜਦ ਮੱਛਰ ਮੁੱਛਰ ਹੋ ਜਾਂ ਫਿਰ ਨਿਕਲਦੀਆਂ, ਦਿਨ ਦਿਨ ਸ਼ਾਮਾਂ 'ਚ ਬੈਠੀਆਂ ਰਹਿੰਦੀਆਂ ਬੂਟਿਆਂ 'ਚ। ਆਹ ਦੇਖੋ ਸੁੱਕਾ ਪਿਆ ਖੇਤ, ਆਪਣੇ ਕੋਈ ਤੇਲ ਨਹੀਂ ਫਟੀ, ਕੋਈ ਕੁਛ ਨਹੀਂ। ਜਿਹੜੇ ਜੀਰੀ ਲੱਗੀ ਹੋਈ ਤੀ 15-20 ਦਿਨ ਹੋ ਗਏ, 10 ਦਿਨ ਹੋ ਗਏ, ਉਹਨਾਂ ਨੂੰ ਤਾਂ ਕੋਈ ਚੱਕਰ ਨਹੀਂ। ਜੇ ਤਾਜ਼ੇ ਜੀਰੀ ਲੱਗਦੀ ਆਪਾਂ ਲਾਏ ਹੁੰਦੇ ਡੱਕੇ, ਉਹਨਾਂ ਨੂੰ ਫਰਕ ਪੈ ਜਾਂਦਾ, ਉਹ 'ਚ ਕੱਖ ਕੁੱਖ ਤੁਰ ਪਾ ਜਾਂਦਾ, ਇਹਨਾਂ ਦਾ ਕੋਈ ਚੱਕਰ ਨਹੀਂ। ਬਾਕੀ ਲਿਆਉਣੇ ਰੋਪੜ 'ਤੇ ਫੜ ਕੇ ਬਾਈ, ਭਰ ਗਿਆ ਆਪਣਾ ਖੇਤ, ਅਤੇ ਨੱਕਾ ਮੋੜ ਤਾਂ ਆਪਾਂ ਨੇ ਪਹਿਲਾਂ ਚਲਾਤੀ ਹੁਣ ਮੋਟਰ ਧਾਨਾਂ ਨੂੰ, 10 ਵੱਜ ਗਏ ਅਤੇ 2 ਘੰਟੇ ਚੱਲਣੀਆਂ ਲੱਗਦਾ ਹੋਰ 12 ਤੱਕ, ਅਤੇ ਭੱਜਣਾ ਇਹਨੇ ਫਿਰ। ਮੈਂ ਰਲੇ ਲੈਣ ਗਿਆ ਨਹੀਂ ਹਾਲੇ, ਜਾਣਾ ਹੁਣ ਚੱਲਿਆ, ਰੋਟੀ ਦਾ ਕੰਮ ਨਿਬੇੜ ਕੇ ਇਹਦੀ ਡੈਡੀ ਦੀ ਰੋਟੀ ਫੜਾਉਣ ਆਇਆ ਤਾ, ਅਤੇ ਭਈਆ ਤਾਂ ਲੱਗਿਆ ਭਈਏ ਦੀ ਫੜਾ ਕੇ ਆਇਆ, ਅਤੇ ਹੁਣ ਜਾਊਂਗਾ ਲੈਣ, ਫਿਰ ਲਵਾਉਂਦੇ ਹਾਂ। ਹੁਣ ਉਹ ਦੂਈ ਮੋਟਰ ਖੜ ਗਈ ਬਾਈ, ਅਤੇ ਲੋਡ ਦਾ ਵੀ ਫਰਕ ਆ, ਅਤੇ ਲਾਈਟ ਪੂਰੀ ਨਹੀਂ ਆ ਰਹੀ, ਵੋਲਟੇਜ ਘੱਟ ਹੈ, ਅਤੇ ਉਹ ਨਾਲ ਵਾਲੀ ਮੋਟਰ ਖੜ ਗਈ ਆਪਣੀ, ਚੱਲ ਰਹੀ ਆ ਹੁਣ ਬਾਕੀ ਦੇਖਦੇ ਹਾਂ। ਮੀਂਹ ਪਊਂਗਾ ਤਾਂ ਵੋਲਟੇਜ ਸੈੱਟ ਆਉਣੀ ਬਾਈ, ਹੁਣ ਤਕਰੀਬਨ 2-3 ਦਿਨ ਲਾਈਟ ਤਾਂ ਆਈ ਨਹੀਂ, ਅਤੇ ਸਾਰੀਆਂ ਮੋਟਰਾਂ ਚੱਲ ਰਹੀਆਂ, ਜੇ ਲਾਈਟ ਰੋਡ 'ਚ ਆਈ ਜਾਵੇ ਫਿਰ ਮੋਟਰਾਂ ਖੜ੍ਹੀਆਂ ਰਹਿ ਰਹੀਆਂ, ਅੱਗੇ ਪਿੱਛੇ ਚੱਲੀ ਜਾਂਦੀਆਂ, ਫਿਰ ਲੋਡ ਘੱਟ ਪੈਂਦਾ, ਹੁਣ ਲੋਡ ਪੂਰਾ ਪੈ ਰਿਹਾ, ਅਤੇ ਸਾਰੀਆਂ ਮੋਟਰਾਂ ਚੱਲ ਰਹੀਆਂ, ਜੀਰੀਆਂ ਸਭ ਦੀਆਂ ਸੁੱਕੀਆਂ ਪਾਈ, ਅਤੇ ਅੱਜ ਆਈ ਵਧੀਆ, ਕੱਲ੍ਹ ਤਾਂ 2-3 ਘੰਟੇ ਆਉਂਦੀ ਸੀ, ਭੱਜ ਜਾਂਦੀ ਸੀ, ਅਤੇ ਅੱਜ ਵਧੀਆ ਚੱਲੀ, ਤੜਕੇ ਦੀ ਭੱਜੀ ਨਹੀਂ ਅੱਜ ਸਵੇਰ ਦੀ। ਫਲਟ ਪਿਆ ਤਾ ਬਾਈ ਆਪਣੇ ਇੱਧਰ, ਅਤੇ ਉਹਦੇ ਕਰਕੇ ਆਈ ਨਹੀਂ ਲੈਣ, ਆਪਣੀ ਲੈਣ ਨਹੀਂ ਚੱਲੀ, ਹੋਰ ਗ੍ਰਿੱਡ ਹੋਰ ਪਾਸੇ ਚੱਲਦੀਆਂ ਨੇ ਲਾਈਨਾਂ, ਆਪਣਾ ਏਰੀਆ ਬੰਦ ਤਾਂ ਜਾਣੀ ਕਿ ਬਾ, ਜਿੱਦਾਂ ਆਪਣਾ ਹੁਣ ਅਗਲੇ ਸਾਲ ਪਰ ਕੰਮ ਚਲੇ ਗਿਆ ਬਾਈ ਕੱਤੂ ਦਾ, ਅਤੇ ਰੱਬ ਸੁੱਖ ਰੱਖੇ, ਵਧੀਆ ਹੋਵੇ ਜੀਰੀ ਸਭ ਦੀ ਬਾਈ, ਝੋਨਾ ਸਭ ਦਾ ਹੋਵੇ ਵਧੀਆ, ਝੋਨਾ ਕਈ ਝੋਨਾ ਕਹਿੰਦੇ ਆ ਅਲੱਗ ਅਲੱਗ ਏਰੀਏ 'ਚ ਆਪਣੀ ਆਪਣੀ ਭਾਸ਼ਾ 'ਚ ਬਾਈ। ਬਾਕੀ ਮਿਹਨਤ ਕਰੋ ਭਾਈ ਸਾਰੇ, ਅਤੇ ਮਿੱਟੀ ਪਾਓ ਕੱਢ ਕੇ, ਫਸਲ ਝਾੜ ਦੇਵੇ ਸਭ ਦੀ ਪੂਰਾ, ਪੀਏ ਲੋਹ 'ਚ ਚੱਲਦਾ ਬਾਈ, ਪੀਏ ਲੋਹ 'ਚ ਖੇਤ ਆਪਣੇ ਸਾਫ ਆ, ਇਹਦੇ ਕਰਕੇ ਖੇਤ ਸਾਫ ਆ ਤਕਰੀਬਨ, ਆਪਣੇ ਕਿਹੜੇ ਬਹੁਤਾ ਉਹ ਹੈ ਜਾਂ ਪਰਾਲੀ ਹੋਵੇ ਜਾਂ ਮੱਕੀ ਵਾਲੇ ਖੇਤ ਹੋਵੇ,
ਏ ਲੋ ਚ ਕੱਦੂ ਕਰੀ ਜਾਂਦੇ ਆਪਾਂ ਇਹਦਾ ਹਰੇਕ ਖੇਤ ਦਾ ਹੀ। ਖੇਤ ਚੋਂ ਬਾਈ ਪਬੂਲਰ ਪਟਾਏ ਦੇ ਪਿਛਲੇ ਸਾਲ ਆਪਾਂ ਨੇ ਜੀਰੀ ਦੀ ਲੱਗੀ, ਫਿਰ ਆਪਾਂ ਨੇ ਬੀਜਤੀ ਦੀ ਚ ਬਰਸੀਨ ਕਣਕ ਬੀਜਤੀ ਦੀ ਜੀਰੀ ਤੇ ਥੋੜ੍ਹੀ ਲੇਟ ਪੱਟ ਹੋਏ ਤੇ ਬਰਸਾਤਾਂ ਲੰਘੇ ਤੇ ਅਤੇ ਜੀਰੀ ਲੱਗਣੀ ਬਹੁਤ ਟਾਈਮ ਬਾਅਦ, 4-5 ਸਾਲ ਬਾਅਦ ਖੇਤ 'ਚ ਜੀਰੀ ਲੱਗਣੀ। ਬਾਕੀ ਉਹ 'ਚ ਹਲੇ ਚਰੀ ਰਹਿ ਗਈ ਨਹੀਂ, ਉਹ ਵੀ ਖੇਤ ਰਹਿ ਗਿਆ, 4-5 ਸਾਲ ਬਾਅਦ ਜੀਰੀ ਲੱਗਣੀ ਹੈ ਖੇਤ 'ਚ ਝੋਨਾ। ਚਲੋ ਚੱਲਦੇ ਹਾਂ ਹੁਣ ਰੋਪੜ 'ਤੇ ਲੈ ਕੇ ਆਉਂਦੇ ਬਾਈ ਰਲੇਅ ਫੜ ਕੇ।